ਸਵੇਰੇ ਪਹਿਲਾਂ ਜਿਹੜਾ ਅਸੀਂ ਦੱਸਿਆ ਕਿ ਇਟ ਲੁੱਕ ਲਾਈਕ ਕਿ ਕੋਈ ਕੈਮੀਕਲ ਕੰਟੈਮੀਨੇਸ਼ਨ ਹੋਈ ਸੀ, ਜਿਸ ਕਰਕੇ 11 ਲੋਕਾਂ ਦੀ ਡੈਥ ਹੋ ਗਈ ਅਤੇ 4-5 ਬੰਦੇ ਜਿਹੜੇ ਸੀਗੇ ਵਰ ਅੰਡਰ ਓਬਜ਼ਰਵੇਸ਼ਨ ਅਤੇ ਉਹਨਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਸੀਗਾ। ਅਤੇ ਉਹ ਫਿਗਰਸ ਹਾਲੇ ਤੱਕ ਹੈਗੇ ਆ, ਸਰਕਾਰ ਵੱਲੋਂ 2 ਲੱਖ ਰੁਪਏ ਐਕਸਕ੍ਰੇਸ਼ੀਆ ਫੋਰ ਦ ਡਿਸੀਜ਼ਡ ਅਨਾਊਂਸ ਕੀਤਾ ਗਿਆ ਸੀ, 50,000 ਰੁਪਏ ਫੋਰ ਦੀ ਇੰਜਰਡ ਅਨਾਊਂਸ ਕੀਤਾ ਗਿਆ ਸੀ, ਅਤੇ ਸਾਰੀ ਜੋ ਵੀ ਟ੍ਰੀਟਮੈਂਟ ਹੈਗੀ ਹੈ ਉਹ ਨਾਲ। ਅਤੇ ਉਸ ਤੋਂ ਬਾਅਦ ਜਦੋਂ NDRF ਦੀ ਟੀਮ ਅਤੇ ਸਾਡੀ ਟੀਮ ਇੱਥੇ ਪਹੁੰਚੀ ਹੈਗੀ ਹੈ, ਬੇਸਡ ਔਨ ਜੋ ਸਿਮਟਮਸ ਆਏ ਸੀਗੇ ਐਂਡ ਬੇਸਡ ਔਨ ਦ ਡਿਟੈਕਟਰਸ ਜਿਹੜੇ ਉਹਨਾਂ ਨੇ ਵੱਖ ਵੱਖ ਥਾਵਾਂ 'ਤੇ ਲਏ ਸੀਗੇ, ਜਿਹੜੀ ਗੈਸ ਡਿਟੈਕਟ ਹੋਈ ਦੈਟ ਵਾਜ਼ ਹਾਈਡਰੋਜਨ ਸਲਫਾਈਡ। ਨੋਰਮਲੀ ਉਹ ਜਿਹੜੀ ਸੀਵਰਸ ਦੇ ਵਿੱਚ ਮਿਥੇਨ ਗੈਸ ਹੁੰਦੀ ਹੈ ਉਹਦੇ ਨਾਲ ਕੁਛ ਰਿਐਕਟ ਕਰਕੇ ਹਾਈਡਰੋਜਨ ਸਲਫਾਈਡ ਪ੍ਰੋਡਿਊਸ ਹੋਈ, ਇੱਕ ਡੇਂਜਰਸ ਗੈਸ ਹੁੰਦੀ ਹੈ, ਇਟ ਇਜ਼ ਅ ਨਿਊਰੋਟੋਕਸਿਨ। ਅਤੇ ਦਿਸ ਇਜ਼ ਕੰਸਿਸਟੈਂਟ ਵਿਦ ਜੋ ਸਿਮਟਮਸ ਪੇਸ਼ੈਂਟਸ ਨੂੰ ਆਏ ਵੀ ਸੀਗੇ, ਬਿਕੋਜ਼ ਕੋਈ ਰੈਸਪੀਰੇਟਰੀ ਸਿਮਟਮਸ ਨਹੀਂ ਸੀਗੇ, ਬਟ ਇਮੀਡੀਏਟ ਡੈਥ ਐਂਡ ਅਦਰ ਸਿਮਟਮਸ, ਯੈਲੋਇੰਗ ਆਫ ਫੇਸਿਸ ਐਟਸੈਟਰਾ ਸੁਜੈਸਟਡ ਕਿ ਇਟਸ ਅ ਸਲਫਾਈਡ ਪੋਇਜ਼ਨਿੰਗ। ਸੋ ਉਹ ਡਿਟੈਕਟਰਸ ਦੇ ਵਿੱਚ ਗੈਸ ਜਿਹੜੀ ਸੀਗੀ ਉਹ ਡਿਟੈਕਟ ਵੀ ਹੋਈ ਹੈ। ਉਹਦਾ ਇੱਕ ਕੈਮੀਕਲ ਡੀਕੰਟੈਮੀਨੇਸ਼ਨ ਪ੍ਰੋਸੈਸ ਹੁੰਦਾ ਹੈਗਾ। ਵੀ ਹੈਵ ਬੀਨ ਇਨ ਟੱਚ ਵਿਦ NDME NDRF ਅਤੇ ਉਹ ਕਾਰਪੋਰੇਸ਼ਨ ਵੱਲੋਂ ਉਹ ਸਲਿਊਸ਼ਨ ਜਿਹੜੀ ਹੈਗੀ ਹੈ ਕੈਮੀਕਲ ਡੀਕੰਟੈਮੀਨੇਸ਼ਨ ਪ੍ਰੋਸੈਸ ਉਹ ਅੰਡਰਵੇ ਹੈ ਰਾਈਟ ਨਾ ਐਜ਼ ਵੀ ਸਪੀਕ, ਉਹ ਕੀਤਾ ਜਾ ਰਿਹਾ। ਉਸ ਦੇ ਨਾਲ ਨਾਲ ਸੀਵਰ ਦਾ ਸਾਰਾ ਏਰੀਆ ਜਿਹੜਾ ਹੈਗਾ 1 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਚੈੱਕ ਵੀ ਕੀਤਾ ਗਿਆ ਹੈ ਅਤੇ ਫਲੈਸ਼ਿੰਗ ਵੀ ਕੀਤੀ ਜਾਏਗੀ। ਸੋ ਸੂਨ ਵੀ ਐਕਸਪੈਕਟ ਕਿ ਸਾਰਾ ਏਰੀਆ ਜਿਹੜਾ ਹੈਗਾ ਡੀਕੰਟੈਮੀਨੇਟ ਹੋ ਜਾਏਗਾ। ਪ੍ਰੀਕੋਸ਼ਨ ਦੇ ਤੌਰ 'ਤੇ ਜਿਹੜਾ ਅਸੀਂ ਕੋਰਡਨ ਬਣਾ ਕੇ ਰੱਖਿਆ ਹੈ ਉਸ ਨੂੰ ਐਟਲੀਸਟ 24 ਘੰਟੇ ਤੱਕ ਅਸੀਂ ਬਰਕਰਾਰ ਰੱਖਾਂਗੇ, ਬਟ ਅਸੀਂ ਇੱਕ ਸੈਕਿੰਡ ਐਂਡ ਥਰਡ ਓਪੀਨੀਅਨ ਦੇ ਹੋਰ ਸੈਂਸਰਸ ਮੰਗਾਏ ਹਾਂ, ਸੋ ਦੈਟ ਅਸੀਂ ਰੇਡੀਅਲੀ ਇੱਕ ਵਾਰੀ ਜੋ ਗੈਸ ਹੈਗੀ ਉਹ ਚੈੱਕ ਕਰਵਾ ਲਈਏ। ਹਾਲ ਦੀ ਘੜੀ 100 ਮੀਟਰ ਦੇ ਰੇਡੀਅਸ ਦੇ ਵਿੱਚ ਉਹ ਗੈਸ ਡਿਟੈਕਟ ਨਹੀਂ ਹੋ ਰਹੀ ਹੈ, ਬਟ ਉਸ ਨੂੰ ਅਸੀਂ ਕੁਝ ਘੰਟੇ ਤੱਕ ਰਿਵਿਊ ਕਰਕੇ ਇੱਕ ਵਾਰ ਉਹ ਕਰਾਂਗੇ, ਸੋ ਦੈਟ ਲੋਕਾਂ ਦੀ ਸੇਫਟੀ ਬਣੀ ਰਹੇ। ਲੋਕਾਂ ਨੂੰ ਅਸੀਂ ਥੈਂਕ ਯੂ ਕਹਿੰਦੇ ਹਾਂ ਕਿ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਪੂਰਾ ਸਾਥ ਦਿੱਤਾ ਹੈਗਾ, ਐਂਡ ਕੋਈ ਰੂਮਰ ਮੋਂਗਰਿੰਗ ਨੂੰ ਉਹ ਨਹੀਂ ਦਿੱਤੀ, ਐਂਡ ਦੇ ਹੈਵ ਰਿਮੇਨਡ ਕਾਮ ਐਂਡ ਏਰੀਆ ਤੋਂ ਦੂਰ ਰਹੇ ਹੈਗੇ ਆ। ਅਤੇ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਪਰਚਾ ਵੀ ਕਰ ਦਿੱਤਾ ਗਿਆ ਹੈਗਾ, ਇਨਵੈਸਟੀਗੇਸ਼ਨ ਇਜ਼ ਅੰਡਰ ਵੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਮੈਜਿਸਟੀਰੀਅਲ ਇਨਕੁਆਇਰੀ ਆਰਡਰ ਕਰ ਦਿੱਤੀ ਗਈ ਹੈ ਕਿ ਕੀ ਜਿਹੜਾ ਹੈਗਾ ਇਹ ਕੈਮੀਕਲ ਹੈ ਜਿਹੜਾ ਅੰਦਰ ਪਾਇਆ ਗਿਆ ਹੈ, ਉਸਦੇ ਸੈਂਪਲਸ NDRF ਵੱਲੋਂ ਲੈ ਕੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਹੈਂਡਓਵਰ ਕਰ ਦਿੱਤੇ ਗਏ ਨੇ, ਤਾਂ ਜੋ ਉਹ ਸੈਂਪਲਸ ਦੀ ਚੈਕਿੰਗ ਕਰਾ ਸਕਣ, ਐਂਡ ਦੈਟ ਵਿਲ ਹੈਲਪ ਇਨ ਦੀ ਇਨਵੈਸਟੀਗੇਸ਼ਨ ਆਫ ਕਿੱਥੇ ਕੀ ਪਿਆ ਐਂਡ ਕਿੱਥੋਂ ਕੀ ਆਇਆ ਹੈਗਾ। ਮੈਮ, ਜਿਹੜੇ ਲੋਕ ਇੱਥੇ ਰਹਿ ਰਹੇ ਸੀ ਜਿੰਨੇ ਏਰੀਆ ਨੂੰ ਤੁਸੀਂ ਬੰਦ ਕੀਤਾ ਹੈ, ਲੋਕਾਂ ਦੀ ਆਵਾਜਾਈ ਰੁਕੀ ਹੈ, ਉਹਨਾਂ ਦੇ ਵਾਸਤੇ ਕੋਈ ਵੱਖਰਾ ਅਰੇਂਜਮੈਂਟ ਵੀ ਕੀਤਾ ਗਿਆ ਤੁਹਾਡੇ ਵੱਲੋਂ ਜਾਂ ਜਿਹੜੇ ਇੱਥੇ ਨਿਵਾਸੀ ਨੇ ਉਹਨਾਂ ਨੂੰ ਆਉਣ ਦਾ ਦਿੱਤਾ ਜਾ ਰਿਹਾ? ਨੋ, ਸੋ ਪੀਪਲ ਫੋਰ ਦੀ ਇਮੀਡੀਏਟ ਪੀਰੀਅਡ ਕਿ ਗੈਸ ਨਿਊਟਰਲਾਈਜ਼ ਨਹੀਂ ਹੋਈ ਸੀਗੀ, ਦੇ ਵਰ ਆਸਕਡ ਟੂ ਸਟੇ ਅਵੇ ਸਿੰਸ ਦਿਨ ਦਾ ਸਮਾਂ ਸੀਗਾ, ਐਵਰੀਬਡੀ ਹੈਜ਼ ਮੇਡ ਅਰੇਂਜਮੈਂਟਸ ਐਂਡ ਵੀ ਆਰ ਆਲਸੋ ਦੇਅਰ ਟੂ ਹੈਲਪ ਦੈਮ। ਬਟ ਅਸੀਂ ਇੱਕ ਵਾਰੀ ਸ਼ਾਮ ਤੱਕ ਗੈਸ ਡਿਟੈਕਸ਼ਨ ਚੈੱਕ ਕਰਕੇ ਐਂਡ ਦੈਨ ਵੀ ਵਿਲ ਬੀ ਹੈਲਪਿੰਗ ਪੀਪਲ ਟੂ ਮੇਕ ਆਲਟਰਨੇਟਿਵ ਅਰੇਂਜਮੈਂਟਸ ਇਫ ਸੋ ਰਿਕੁਆਇਰਡ ਜੀ, ਉਹ ਅਸੀਂ ਅਪਡੇਟ ਕਰਾਂਗੇ ਸ਼ਾਮ ਤੱਕ, ਰਾਈਟ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ, NDRF ਵੱਲੋਂ, PPCB ਵੱਲੋਂ, ਕਾਰਪੋਰੇਸ਼ਨ ਵੱਲੋਂ, ਪੁਲਿਸ ਕਮਿਸ਼ਨਰੇਟ ਵੱਲੋਂ ਇੱਕ ਸਾਂਝੇ ਤੌਰ 'ਤੇ ਜੋ ਕੋਆਰਡੀਨੇਟਿਡ ਐਫਰਟ ਕੀਤਾ ਗਿਆ ਹੈ, ਮੈਂ ਸਾਰਿਆਂ ਨੂੰ ਥੈਂਕ ਯੂ ਵੀ ਕਰਦੀ ਹੈਗੀ ਹਾਂ ਅਤੇ ਲੋਕਾਂ ਨੂੰ ਮੈਂ ਆਸ਼ਵਾਸਨ ਵੀ ਦੇਣਾ ਚਾਹੁੰਦੀ ਹਾਂ ਕਿ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਹੈਗਾ ਐਕਸ਼ਨ ਕੀਤਾ ਹੈਗਾ, ਐਂਡ ਅੱਗੇ ਵੀ ਅਸੀਂ ਕਰਾਂਗੇ ਅਤੇ ਲੋਕਾਂ ਨੂੰ ਡਰਨ ਅਤੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਜਿੱਥੇ ਕੋਈ ਗੱਲ ਨਿਕਲ ਕੇ ਆਉਂਦੀ ਹੈ ਉਸ 'ਤੇ ਇਮੀਡੀਏਟ ਐਕਸ਼ਨ। ਕੌਜ਼ ਮੈਮ ਕੀ ਲੱਗ ਰਿਹਾ? ਕੌਜ਼ ਇਜ਼ ਕੈਮੀਕਲ ਕੰਟੈਮੀਨੇਸ਼ਨ ਜੀ। ਹਾਊ ਦੈਟ ਹੈਜ਼ ਹੈਪਨਡ ਉਹ ਪਤਾ ਚੱਲੇਗਾ ਜਦੋਂ ਕੈਮੀਕਲ ਲੈਬ ਰਿਪੋਰਟਸ ਆਉਣਗੀਆਂ, ਬਿਕੋਜ਼ ਦੈਟ ਵਿਲ ਹੈਲਪ ਡਿਸਾਈਡ ਕਿ ਵਾਟ ਵਾਜ਼ ਇਟ ਦੈਟ ਕੌਜ਼ਡ H2S ਗੈਸ ਟੂ ਕਮ। ਮੈਮ, ਕਿੰਨੀ ਕੁ ਦੇਰ ਤੱਕ ਜਿਹੜੀਆਂ ਇਹ ਰਿਪੋਰਟਸ ਨੇ ਆ ਜਾਣਗੀਆਂ? ਸੋ PPCB ਹੈਜ਼ ਆਲਰੇਡੀ ਸੈਂਡ ਦੈਮ ਟੂ ਲੈਬਸ, ਉਹਨਾਂ ਦਾ ਕੁਝ ਜੈਸਟੇਸ਼ਨ ਪੀਰੀਅਡ ਹੁੰਦਾ ਹੈ। ਵੀ ਡਿਡ ਨਾਟ ਵੇਟ ਫੋਰ ਦੋਜ਼ ਰਿਪੋਰਟਸ ਟੂ ਕਮ ਬੈਕ, ਬਿਕੋਜ਼ H2S ਸਾਡੇ ਏਰੀਅਲ ਸੈਂਸਰ ਦੇ ਵਿੱਚ ਡਿਟੈਕਟ ਹੋ ਗਈ ਸੀਗੀ। ਸੋ ਜੋ ਮਿਟੀਗੇਸ਼ਨ ਇਮੀਡੀਏਟ ਪ੍ਰੋਸੈਸ ਸੀਗਾ ਉਹ ਕਰਵਾ ਦਿੱਤਾ ਗਿਆ ਹੈ। ਸੋ ਐਟਲੀਸਟ ਦੀ ਇਮੀਡੀਏਟ ਰਿਲੀਫ ਫੋਰ ਪੀਪਲ ਵੀ ਸ਼ੁੱਡ ਬੀ ਏਬਲ ਟੂ ਸੀ ਇਨ ਅ ਫਿਊ ਆਵਰਸ ਟਾਈਮ, ਬਟ ਅਸੀਂ ਡਿਊ ਡਿਲੀਜੈਂਸ ਅਤੇ ਡਿਊ ਪ੍ਰੀਕੋਸ਼ਨ ਰੱਖਣਾ ਚਾਹੁੰਦੇ ਹੈਗੇ ਹਾਂ, ਬਿਕੋਜ਼ ਦੇਰ ਵਾਜ਼ ਅ ਗੈਸ ਲੀਕ ਇਨ ਦ ਮੋਰਨਿੰਗ, ਵੀ ਵਿਲ ਆਲਸੋ ਬੀ ਕੀਪਿੰਗ ਅ ਵਾਚ ਕਿ ਲੋਕਾਂ ਨੂੰ ਹੋਰ ਕੋਈ ਸਿਮਟਮਸ ਨਾ ਆਉਣ। ਥੈਂਕ ਯੂ।